ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਭਲੀ ਭਾਂਤ ਜਾਣਦੇ ਹੋ, ਕਰੋਨਾ ਵਾਇਰਸ ਦੀ ਮਹਾਂਮਾਰੀ ਜੋ ਕਿ ਪੂਰੀ ਦੁਨੀਆ ਵਿੱਚ ਫੈਲੀ ਸੀ, ਉਸ ਦੇ ਸੰਬੰਧ ਵਿੱਚ ਸਾਡੇ ਦੇਸ਼ ਵਿੱਚ ਵੀ ਮਾਰਚ ਮਹੀਨੇ ਜੋ ਕਿ ਲਾਕਡਾਊਨ ਲਗਾਇਆ ਗਿਆ ਸੀ, ਉਸ ਦੇ ਸੰਬੰਧ ਵਿੱਚ ਸਾਰੇ ਧਰਮ ਅਸਥਾਨ ਬੰਦ ਕੀਤੇ ਗਏ ਸਨ। ਪਰ 13 ਤਰੀਕ ਨੂੰ ਸਾਡੇ ਡਿਵੀਜ਼ਨਲ ਕਮਿਸ਼ਨਰ ਸਾਹਿਬ ਨੇ ਸਾਡੀ ਇੱਕ ਮੀਟਿੰਗ ਬੁਲਾਈ, ਜਿਸ ਦੇ ਵਿੱਚ ਪਾਦਰੀ ਵੀ ਬੁਲਾਏ, ਮੌਲਾਨੇ ਵੀ, ਪੰਡਿਤ ਵੀ ਅਤੇ ਦਾਸ ਨੂੰ ਵੀ ਬੁਲਾਇਆ ਗਿਆ। ਉੱਥੇ ਜੋ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਹਿਦਾਇਤਾਂ ਦਿੱਤੀਆਂ ਨੇ ਕਿ ਸਾਡੀ ਮਜਬੂਰੀ ਹੈ, ਭਾਵੇਂ ਹਿੰਦੁਸਤਾਨ ਦੇ ਵਿੱਚ ਹਾਲਾਂ ਵੀ 7000 ਕੇਸ ਰੋਜ਼ ਵੱਧ ਰਹੇ ਨੇ, ਫਿਰ ਵੀ ਸਾਨੂੰ ਇਕਨੋਮਿਕ ਤਰ੍ਹਾਂ ਦੀ ਇਕਾਨਮੀ ਨੂੰ ਦੇਖਦੇ ਹੋਏ ਸਾਨੂੰ ਧਰਮ ਅਸਥਾਨ ਖੋਲ੍ਹਣੇ ਪੈ ਰਹੇ ਨੇ। ਉਸ ਦੇ ਵਿੱਚ ਉਹਨਾਂ ਨੇ ਜੋ ਹਿਦਾਇਤਾਂ ਦਿੱਤੀਆਂ ਨੇ ਉਸ ਦਾ ਅਸੀਂ ਖਾਸ ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ, ਗੁਰੂ ਘਰ ਵਿੱਚ ਜਦੋਂ ਸੰਗਤ ਆਵੇ ਉਹ ਸੈਨੇਟਾਈਜ਼ ਕਰੇ, ਉਸ ਤੋਂ ਬਾਅਦ ਮਾਸਕ ਪਾ ਕੇ ਰੱਖੇ, ਫਿਰ ਜਦੋਂ ਗੁਰੂ ਘਰ ਵਿੱਚ ਆ ਕੇ ਮੱਥਾ ਟੇਕਣ, ਸੰਗਤ ਵਿੱਚ ਬੈਠਣ, ਘੱਟੋ ਘੱਟ 5-6 ਫੁੱਟ ਦੀ ਦੂਰੀ ਬਣਾ ਕੇ ਬੈਠਣ। ਜੇ ਸੰਗਤ ਵਿੱਚ ਬਹੁਤੀ ਸੰਗਤ ਆ ਰਹੀ ਹੈ ਤਾਂ ਜੋ ਪਹਿਲੇ ਵਿਅਕਤੀ ਆਏ ਨੇ ਉਹ ਉੱਠ ਕੇ ਵਾਪਸ ਚਲੇ ਜਾਣ, ਤਾਂ ਕਿ ਅਸੀਂ ਇਸ ਮਹਾਂਮਾਰੀ ਨੂੰ ਡਟ ਕੇ ਮੁਕਾਬਲਾ ਕਰ ਸਕੀਏ। ਖਾਸ ਕਰਕੇ ਐਡਮਿਨਿਸਟ੍ਰੇਸ਼ਨ ਨੇ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਹਦਾਇਤਾਂ ਦਿੱਤੀਆਂ ਨੇ। ਮੈਂ ਆਪਣੀ ਸਾਰੀ ਸੰਗਤ ਨੂੰ ਇਹੀ ਅਪੀਲ ਕਰਦਾ ਹਾਂ, ਕਿਉਂਕਿ ਆਪ ਸਾਰੇ ਬੁੱਧੀਜੀਵ ਹੋ, ਅਸੀਂ ਆਪਣੀ ਜਾਨ ਨੂੰ ਆਪ ਬਚਾਉਣਾ, ਹੋਰਨਾਂ ਦਾ ਵੀ ਧਿਆਨ ਹੈ। ਜਿਨ੍ਹਾਂ ਨੂੰ ਫੀਵਰ ਹੈ, ਬੁਖਾਰ ਹੈ, ਜ਼ੁਕਾਮ ਹੈ ਜਾਂ ਖਾਂਸੀ ਹੈ, ਉਹ ਗੁਰੂ ਘਰ ਨਾ ਹੀ ਆਉਣ, ਘਰ ਬੈਠ ਕੇ ਹੀ ਸਹਿਜ ਪਾਠ ਕਰਨ, ਨਿਤਨੇਮ ਕਰਨ, ਗੁਰੂ ਦੀ ਬਾਣੀ ਦਾ ਸਿਮਰਨ ਕਰਨ। ਪਰ ਗੁਰੂ ਘਰ ਵਿੱਚ ਜਿਹੜਾ ਆਉਂਦਾ ਹੈ, ਇਹਨਾਂ ਹਦਾਇਤਾਂ ਦਾ ਜੋ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਦਿੱਤੀਆਂ ਨੇ ਉਸ ਦਾ ਖਾਸ ਤੌਰ 'ਤੇ ਧਿਆਨ ਰੱਖਣ। ਮਾਸਕ ਘਰੋਂ ਨਿਕਲਦਿਆਂ ਹੀ ਅਸੀਂ ਪਹਿਨ ਲੈਣਾ, ਉਹ ਸਭ ਤੋਂ ਜ਼ਰੂਰੀ ਹੈ। ਫਿਰ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨੇ ਨੇ, ਫਿਰ ਸੰਗਤ ਵਿੱਚ ਬੈਠਣਾ, ਦੂਰੀ ਬਣਾ ਕੇ ਬੈਠਣਾ ਹੈ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਸਰਦਾਰ ਫਤਿਹ ਸਿੰਘ ਆਪ ਸਾਰੀਆਂ ਸੰਗਤਾਂ ਨੂੰ ਇਹੀ ਅਪੀਲ ਕਰਦਾ, ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਤੁਸੀਂ ਕਮੇਟੀਆਂ ਦਾ, ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਕੀਤਾ ਹੈ, ਐਡਮਿਨਿਸਟ੍ਰੇਸ਼ਨ ਚਾਹੁੰਦੀ ਹੈ, ਹੁਣ ਵੀ ਇਸੇ ਤਰ੍ਹਾਂ ਸਾਡੇ ਨਾਲ ਸਹਿਯੋਗ ਕਰੋ। ਅਸੀਂ ਇੱਕ ਬਾਣੀ 'ਤੇ ਰਿਣੀ ਹਾਂ, ਜਦੋਂ ਵੀ ਸਾਡਾ ਕੋਈ ਧਾਰਮਿਕ ਮੈਸੇਜ ਦੇਣਾ ਹੁੰਦਾ ਹੈ, ਇੱਕ ਬਾਣੀ ਰਾਹੀਂ ਅਸੀਂ ਇਹ ਮੈਸੇਜ ਇਹਨਾਂ ਨੂੰ ਦਿੰਦੇ ਹਾਂ, ਇਹ ਸੰਗਤਾਂ ਤੱਕ ਪਹੁੰਚਾਉਂਦੇ ਨੇ, ਅਤੇ JK ਮੀਡੀਆ ਰਾਹੀਂ ਵੀ ਇਹ ਸੰਗਤਾਂ ਨੂੰ ਸੁਚੇਤ ਕਰਦੇ ਨੇ। ਦਾਸ ਫਿਰ ਆਪ ਸਾਰਿਆਂ ਨੂੰ ਬੇਨਤੀ ਕਰਦਾ, ਇਸ ਮਹਾਂਮਾਰੀ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਸੁਚੇਤ ਰਹੀਏ, ਜੋ ਹਦਾਇਤਾਂ ਐਡਮਿਨਿਸਟ੍ਰੇਸ਼ਨ ਨੇ ਦਿੱਤੇ ਨੇ ਉਸ ਦਾ ਪਾਲਣ ਕਰੀਏ, ਅਤੇ ਆਪਣੀ ਜ਼ਿੰਦਗੀ ਅਤੇ ਹੋਰਨਾਂ ਦੀ ਜ਼ਿੰਦਗੀਆਂ ਵੀ ਬਚਾ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਗ ਰਾਤੇ।